ਬ੍ਰੇਕ ਤੋਂ ਬਾਅਦ ਜੀ ਆਇਆਂ ਜੀ, ਸਾਰਿਆਂ ਦਾ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਕਾਲਰ ਸਾਡੇ ਨਾਲ ਜੁੜੇ ਹੋਏ ਨੇ ਫੋਨ ਲਾਈਨ ਦੇ ਉੱਤੇ, ਉਹਨਾਂ ਦੇ ਪ੍ਰਤੀਕਰਮ ਅਸੀਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਕੁਝ ਕਹਿਣਾ ਚਾਹੋਗੇ? ਵੈਸੇ ਤੇ ਜੋ ਕੁਝ ਮੈਂ ਕਹਿਣਾ ਹੈਗਾ ਜੀ, ਉਹ ਤੁਸੀਂ ਕਾਊਂਟਰ ਕੁਐਸਚਨ ਕਰਕੇ ਹਰ ਕਾਲਰ ਤੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਤੁਸੀਂ ਹੈਂਡਲ ਕੀਤਾ ਜੀ ਜੀ ਜੀ, ਬਹੁਤ ਹੀ ਮਤਲਬ ਮੈਂ ਕੋਈ ਤੁਹਾਨੂੰ ਸਿਫਤ ਵਿੱਚ ਮੈਂ ਤੁਹਾਡੀ ਸਿਫਤ ਸਲਾਹ ਨਹੀਂ ਕਰ ਰਿਹਾ, ਜਿੱਦਾਂ ਕੋਈ ਕਿਸੇ ਨੂੰ ਪਲੀਜ਼ ਕਰਨਾ ਹੁੰਦਾ ਜੀ, ਜੋ ਜਿਸ ਤਰੀਕੇ ਨਾਲ ਜਿਸ ਪ੍ਰੋਫੈਸ਼ਨਲਿਜ਼ਮ ਦੇ ਨਾਲ ਤੁਸੀਂ ਉਹਨਾਂ ਦੇ ਕਾਊਂਟਰ ਕੁਐਸਚਨ ਕੀਤਾ ਜੀ, ਇਹ ਰੀਅਲੀ ਮਤਲਬ ਐਪਰੀਸ਼ੀਏਟੇਬਲ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਗੱਲ ਪੁੱਛੀ ਆ, ਔਰ ਜੋ ਤੁਸੀਂ ਉਹਨਾਂ ਤੋਂ ਕਹਾਣਾ ਚਾਹੁੰਦੇ ਸੀ ਤੁਸੀਂ ਉਹਨਾਂ ਨੂੰ ਮਜਬੂਰ ਕੀਤਾ ਉਹ ਗੱਲ ਕਹਿਣ ਵਾਸਤੇ। ਆਈ ਐਪਰੀਸ਼ੀਏਟ ਯੂਅਰ ਪ੍ਰੋਫੈਸ਼ਨਲਿਜ਼ਮ। ਦੂਸਰੀ ਗੱਲ ਦੇਖੋ, ਜਿਸ ਵੇਲੇ ਨਾ ਜਿੱਥੋਂ ਅਸੀਂ ਆਪਣੇ ਐਂਗਲ ਤੋਂ ਦੇਖਦੇ ਹਾਂ, ਜੇ ਸਾਡੇ ਮੁਲਕਾਂ ਦੇ ਵਿੱਚ ਨਾ ਜੇ ਪੁਲਿਸਮੈਨ ਤੋਂ ਕੋਈ ਸਿਵਲੀਅਨ ਆਦਮੀ ਮਰ ਜਾਂਦਾ, ਉਹਦੀ ਇਨਕੁਆਇਰੀ ਉਸੇ ਵੇਲੇ ਸ਼ੁਰੂ ਹੋ ਜਾਂਦੀ ਆ, ਹਾਂਜੀ ਉਸੇ ਵੇਲੇ। ਔਰ ਜਿਹੜੀ ਲੋਕੀ ਇਨਕੁਆਇਰੀ ਕਰਦੇ ਆ ਉਹ ਜਾਂ ਤੇ ਜਦੋਂ ਉਹ ਪੁਲਿਸ ਦੇ ਪ੍ਰੋਫੈਸ਼ਨਲ ਹੁੰਦੇ ਆ, ਪਰ ਸਾਡੇ ਮੁਲਕਾਂ ਦੀ ਜਿਹੜੀ ਬੋਡੀ ਪ੍ਰੋਫੈਸ਼ਨਲ ਆ ਉਹ ਬਹੁਤ ਇਮਾਨਦਾਰ ਲੋਕ ਹੈ, ਸਮਝ ਗਈ ਨਾ। ਪਰ ਸਾਡੇ ਮੁਲਕ 'ਚ ਬਦਕਿਸਮਤੀ ਦਾ ਨਹੀਂ ਸੀਗਾ, ਪਰ ਬਾਦਲ ਸਾਹਿਬ ਨੂੰ ਉਸੇ ਵੇਲੇ ਚਾਹੀਦਾ ਸੀਗਾ ਕਿ ਕ੍ਰੋਸ ਪਾਰਟੀ ਕਮਿਸ਼ਨ ਬਣਾਇਆ ਜਾਂਦਾ, ਉਹਦੀ ਥੋਰੋ ਇਨਵੈਸਟੀਗੇਸ਼ਨ ਹੁੰਦੀ ਔਰ ਪਬਲਿਕ ਨੂੰ ਪੇਸ਼ ਕੀਤਾ ਜਾਂਦਾ, ਉਹ ਪਬਲਿਕ ਦਾ ਫੈਸਲਾ ਕਰਦੀ ਵੀ ਕੌਣ ਰੋਂਗ ਆ ਕੌਣ ਰਾਈਟ ਆ। ਜੇ ਉਹਨੂੰ ਜਦ ਮਤਲਬ ਉਹਨੂੰ ਛੇੜਿਆ ਹੀ ਨਹੀਂ ਗਾ ਆਪਣੀਆਂ ਗਲਤੀਆਂ ਨੂੰ ਛਪਾਉਣ ਖਾਤਰ, ਪਰ ਉਸੇ ਵੇਲੇ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀਗੀ ਔਰ ਕ੍ਰੋਸ ਪਾਰਟੀ ਹੋਣੀ ਚਾਹੀਦੀ ਸੀਗੀ। ਜਦੋਂ ਹਰ ਪਾਰਟੀ ਚੋਂ ਆਦਮੀ ਲਿਆ ਜਾਂਦਾ ਉਹ ਉਹਦੀ ਇਨਵੈਸਟੀਗੇਸ਼ਨ ਕਰਦਾ ਤਾਂ ਕਿ ਪਬਲਿਕ ਨੂੰ ਕਲੀਅਰ ਇਮੇਜ ਪੇਸ਼ ਹੁੰਦੀ ਕਿ ਇਹਦੇ ਵਿੱਚ ਹੋਇਆ ਕੀ ਹੈਗਾ। ਸੋ ਮੈਂ ਇਹੀ ਗੱਲ ਕਹਿਣਾ ਹੈਗਾ। ਥੈਂਕ ਯੂ ਵੈਰੀ ਮਚ ਹਰਭਜਨ ਸਿੰਘ ਜੀ। ਹੋਰ ਵੀ ਕਾਲਰਸ ਮੇਰੇ ਨਾਲ ਇਸ ਟਾਈਮ ਫੋਨ ਲਾਈਨ 'ਤੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਕੀਰਤ ਜੀ, ਮੈਂ ਹਰਦੀਪ ਸਿੰਘ ਬੋਲ ਰਿਹਾ ਕਰੋਲੀ ਤੋਂ। ਹਰਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਐਕਚੁਅਲੀ ਤੁਸੀਂ ਅੱਜ ਦੋਨੇ ਪਾਰਟੀਜ਼ ਦੇ ਬੁਲਾਰਿਆਂ ਨੂੰ ਸੁਣਿਆ ਜੀ ਜੀ, ਇਹਨਾਂ ਨੇ ਤਾਂ ਦੋਨਾਂ ਨੇ ਇੱਕ ਦੂਜੇ ਤੇ ਚਿੱਕੜ ਸੁੱਟ ਦਿੱਤਾ ਜੋ ਵੀ ਸ਼ੁਰੂ ਤੋਂ ਹੀ ਇਹ ਕਰਦੇ ਆ, ਇਹਨੀ ਅੱਜ ਵੀ ਉਹ ਹੀ ਗੱਲ ਕਰ ਗਏ ਆ। ਮੈਂ ਸਿਰਫ ਮੈਂ ਇੱਕ ਗੱਲ ਕਰਨੀ ਚਾਹੁੰਦਾ, ਜੇ ਤੁਸੀਂ ਮੈਨੂੰ ਕਰੈਕਟ ਵੀ ਕਰ ਸਕਦੇ ਜੇ ਮੈਂ ਗਲਤ ਹੋਵਾਂ ਉੱਥੇ। ਜਿੱਦਾਂ ਅੱਜ ਸਤਪਾਲ ਸਿੰਘ ਬਰਾੜ ਉਹਨਾਂ ਨੇ ਕਿਹਾ ਕਿ ਸਾਨੂੰ ਸਿਰਫ 14 ਮਿੰਟ ਦਿੱਤੇ ਗਏ ਸੀ ਬੋਲਣ ਦੇ ਲਈ, ਅਸੀਂ ਤਾਂ ਵੋਕਆਊਟ ਕਰ ਗਏ ਹਾਂ। ਕੱਲ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ 90 ਮਿੰਟ ਤੇ ਸਾਨੂੰ 14 ਮਿੰਟ। ਜੇਕਰ ਤੁਸੀਂ ਇਹਨਾਂ ਦੇ ਜਿੰਨੇ ਐਮ ਐਲ ਏ ਦੀ ਗਿਣਤੀ ਦੇ ਹਿਸਾਬ ਨਾਲ ਦੇਖੋ, ਕਾਂਗਰਸ ਦੇ ਐਮ ਐਲ ਏ ਤੇ ਪਰ ਪਰਸਨ 4.61 ਸੈਕਿੰਡ ਜ਼ਿਆਦਾ ਸੀ ਇੱਕ ਬੰਦੇ ਦੇ ਸਿਰਫ। ਹੁਣ ਇਹ ਕਹਿੰਦੇ ਤਾਂ ਹੈ ਕਿ ਸਾਨੂੰ 14 ਮਿੰਟ ਦਿੱਤੇ ਆ, ਇਹਨਾਂ ਦੇ ਬੰਦੇ 13 ਆ, ਉਹਨਾਂ ਦੇ ਬੰਦੇ 78 ਆ ਜੀ। ਇਹਨਾਂ ਨੂੰ ਉਸ ਗੱਲ ਦੀ ਵੀ ਨਾ ਰਿਸਪੈਕਟ ਕਰਨੀ ਚਾਹੀਦੀ ਜਦੋਂ ਸਾਡੇ ਬੰਦੇ ਹੀ ਹੈ ਨੀਗੇ, ਕਿਉਂਕਿ ਟਾਈਮ ਤਾਂ ਇਹਨਾਂ ਨੂੰ ਉਸੇ ਹਿਸਾਬ ਨਾਲ ਮਿਲਣਾ ਸੀ। ਨਹੀਂ ਜਿੰਨੀ ਮੈਂ ਦੇਖੋ ਇੱਥੇ ਇੱਕ ਮੈਂ ਐਡ ਜ਼ਰੂਰ ਕਰਨਾ ਚਾਹੁੰਦਾ ਤੁਹਾਡੀ ਗੱਲ ਤੋਂ, ਮੈਂ ਸਹਿਮਤ ਹਾਂ। ਇੱਕ ਗੱਲ ਹੋਰ ਵੀ ਹੋ ਸਕਦੀ ਸੀਗੀ, ਜੇ ਇੰਨੀ ਇਹਨਾਂ ਨੇ ਇੰਨੀ ਗੱਲ ਕੀਤੀ ਹੈ ਮੀਡੀਆ ਦੇ ਵਿੱਚ ਜਾ ਕੇ ਬਾਹਰ, ਤਾਂ ਉਹੀ ਗੱਲਾਂ ਇਹ ਬੈਠ ਕੇ ਅੰਦਰ ਵੀ ਕਰ ਸਕਦੇ ਸੀਗੇ, 14 ਮਿੰਟ ਦੇ ਵਿੱਚ ਆਪਣੇ ਤਰਕ ਦੇ ਦਿੰਦੇ। ਬਿਲਕੁਲ, ਮੈਂ ਉਹੀ ਕਹਿਣਾ ਜਿੰਨਾ ਟਾਈਮ ਦੇਖੋ ਹਰਕੀਰਤ ਜੀ, ਜਿਹੜਾ ਟਾਈਮ ਆ ਨਾ ਦੇਖੋ, ਮੈਂ ਪੂਰੇ ਵਰਲਡ ਆਊਟ ਕਰਕੇ ਦੇਖਿਆ ਕਿ ਸਿਰਫ ਪਰ ਪਰਸਨ ਦੇ ਪਿੱਛੇ 4 ਸੈਕਿੰਡ ਜਾਂ 4.5 ਸੈਕਿੰਡ ਜਾਂ 4.5 ਸੈਕਿੰਡ ਦਾ ਸਮਾਂ ਇੱਕ ਬੰਦੇ ਨੂੰ ਵੱਧ ਮਿਲਿਆ ਉਹਨਾਂ ਦੇ। ਓਬਵੀਅਸਲੀ ਉਹ ਤਾਂ ਟਾਈਮ ਜਿੰਨੇ ਬੰਦੇ ਆ ਉਨੇ ਹਿਸਾਬ ਨਾਲ ਟਾਈਮ ਮਿਲਣਾ ਸੀ। ਇਹ ਕਿਹੜੀ ਗੱਲ ਦਾ ਇਸ਼ੂ ਬਣਾ ਕੇ ਸਾਨੂੰ ਬੇਵਕੂਫ ਬਣਾ ਰਿਹਾ ਕਿ ਸਾਨੂੰ 14 ਮਿੰਟ ਦਿੱਤੇ ਆ ਇਹ ਹੈ ਨਾ ਦੇਖੋ। ਤੇ ਦੂਜੀ ਗੱਲ ਇਹ ਆ ਕਿ ਕਿੰਨੀ ਬੇਸ਼ਰਮੀ ਦੀ ਗੱਲ ਹੈ, ਇਹ ਅੱਜ ਵੀ ਕਹੀ ਜਾਂਦੇ ਆ ਜੀ ਇਹ ਇਹਨਾਂ ਦੀ ਰਿਪੋਰਟ ਆ, ਇਹ ਖਹਿਰਾ ਤੇ ਜਸਟਿਸ ਰਣਜੀਤ ਸਿੰਘ ਇਹ ਰਿਸ਼ਤੇਦਾਰ। ਅੱਛਾ ਦੇਖੋ, ਜਿੱਥੇ ਜਸਟਿਸ ਰਣਜੀਤ ਸਿੰਘ ਨੇ ਜਿਹੜੀ ਆ ਐਸ ਆਈ ਟੀ ਦੀ ਕੀ ਨਾਮ ਉਹਨਾਂ ਦਾ, ਰਣਵੀਰ ਸਿੰਘ ਖੱਟੜਾ ਆ, ਕੀ ਨਾਮ ਆ, ਰਣਜੀਤ ਸਿੰਘ ਕਮਿਸ਼ਨ ਤੇ। ਹਾਂਜੀ, ਨਹੀਂ ਨਹੀਂ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਆ, ਉਹ ਜਿਹੜੇ ਐਸ ਆਈ ਟੀ ਦੇ ਇੰਚਾਰਜ ਸੀ ਕੀ ਖੱਟੜਾ ਸਾਹਿਬ ਜੀ 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 ਜੀ, ਜਿੱਥੇ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਇਹ ਬਹੁਤ ਹੁਬ ਹੁਬ ਕੇ ਕਹਿ ਰਿਹਾ ਕਿ ਦੇਖੋ ਜੀ ਉਹਨਾਂ ਦੀ ਸਪੋਰਟ ਕੀਤੀ ਆ, ਉਹਨਾਂ ਦਾ ਸਵਾਗਤ ਕੀਤਾ। ਇਹ ਅਕਾਲੀ ਦਲ ਵਾਲੇ ਕਹਿ ਰਹੇ, ਜਿੱਥੇ ਜਸਟਿਸ ਰਣਜੀਤ ਸਿੰਘ ਇਹਨਾਂ ਨੂੰ ਬਲੇਮ ਕਰ ਰਿਹਾ ਉੱਥੇ ਉਹਨੂੰ ਮੰਨਣ ਲਈ ਤਿਆਰ ਨਹੀਂ, ਜਿੱਥੇ ਉਹ ਉਹਨਾਂ ਦੀ ਬਣਾਈ ਐਸ ਆਈ ਟੀ ਦਾ ਸਵਾਗਤ ਕਰਦਾ ਉੱਥੇ ਇਹ ਕਹਿੰਦੇ ਕਿ ਬੰਦਾ ਸਹੀ ਆ ਇਹ।
ਕਿੰਨੀ ਬੇਸ਼ਰਮੀ ਦੀ ਗੱਲ ਆ ਇਹ ਨਾ, ਇਹ ਜਿਹੜਾ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ, ਸਾਨੂੰ ਟਾਈਮ ਨਹੀਂ ਮਿਲਿਆ ਅਸੀਂ ਤਾਂ ਵਰਕਆਊਟ ਕੀਤਾ, ਇਹ ਬਿਲਕੁਲ ਗਲਤ ਹੈ। ਤੁਸੀਂ ਵੀ ਵਰਕਆਊਟ ਕਰ ਸਕਦੇ ਆ 4.61 ਸੈਕਿੰਡ ਬਿਹਾਈਂਡ 1% ਪਰ ਪਰਸਨ। ਆਈ ਥਿੰਕ ਦੈਟ ਵਾਸ ਨਾਟ ਅ ਵੈਲਿਡ ਰੀਜ਼ਨ, ਦੈਟ ਵਾਸ ਨਾਟ ਅ ਵੈਲਿਡ ਰੀਜ਼ਨ ਜੀ। ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਿਹਾ, ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਸਾਨੂੰ ਇਹਨਾਂ ਪਿੱਛੇ ਜਾਣ ਦੀ ਲੋੜ ਨਹੀਂ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੀ ਵੀ ਗੱਲ ਸਮਝ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਰਾਜਪੁਰ ਤੋਂ ਘੁੰਮਣ ਬੋਲ ਰਿਹਾ, ਆਪਣੇ ਹਲ ਤੋਂ ਇੰਗਲੈਂਡ ਦੇ ਵਿੱਚੋਂ ਜੀ। ਜੀ, ਕੀ ਕਹਿਣਾ ਚਾਹੋਗੇ? ਮੈਂ ਹੁਣੇ ਤੁਹਾਡਾ ਟੀਵੀ ਔਨ ਕੀਤਾ ਆ, ਮੈਂ ਆਡੋਨੋ ਪਹਿਲਾਂ ਡਿਬੇਟ ਕੀ ਪਿੱਛੇ ਚੱਲ ਰਿਹਾ ਆ ਜੀ ਜੀ ਜੀ। ਪਰ ਇੱਕ ਦੋ ਗੱਲਾਂ ਮੈਂ ਕਹਿਣਾ ਚਾਹੁੰਦਾ, ਜਿਹੜੇ ਪਹਿਲਾਂ ਭਾਈ ਸਾਹਿਬ ਇੰਗਲੈਂਡ ਤੋਂ ਗੱਲ ਕਰਕੇ ਗਏ ਆ ਵੀ ਅਟੈਕ ਦੀ ਗੱਲ ਕੀਤੀ ਸਰਕਾਰ ਕਿਹਦੀ ਕਦੋਂ ਸੀਗੀ ਜੀ, ਪਹਿਲਾਂ ਤਾਂ ਉਹ ਭਾਈ ਸਾਹਿਬ ਨੂੰ ਪੁੱਛੋ ਵੀ ਅਟੈਕ ਅੰਮ੍ਰਿਤਸਰ ਕਰਾਉਣ ਵਾਲੇ ਕੌਣ ਆ ਜੀ, ਜਿਹੜੇ ਜਿਹੜੇ ਅਕਾਲੀ ਆ ਸੰਤਾਂ ਨਾਲ ਬੈਠੇ ਸੀ ਉਦੋਂ ਹੱਥ ਖੜੇ ਕਰਕੇ ਬਾਹਰ ਨਿਕਲ ਗਿਆ ਇਹ ਜੀ, ਬਾਦਲ ਹੁਣੀ ਸਾਰੇ ਸੀਗੇ ਅੰਦਰੋਂ ਇਹ ਜੀ, ਇਹ ਨਿਕਲ ਗਿਆ ਬਾਹਰ ਉੱਥੋਂ ਅਟੈਕ ਹੋ ਗਿਆ ਠੀਕ ਹੈ ਜੀ। ਜੇ ਉਹ ਭਾਈ ਸਾਹਿਬ ਨੂੰ ਨਹੀਂ ਪਤਾ, ਉਹ ਕਹਿੰਦੇ ਨੀਮ ਹਕੀਮ ਖਤਰਾ ਹੈ ਜਾਨ, ਉਹਨੂੰ ਕੋ ਅਡਵਾਨੀ ਦੀ ਜਿਹੜੀ ਬੁੱਕ ਨਾ ਲਿਖੀ ਹੈ ਸਵੈ ਜੀਵਨੀ ਉਹ ਪੜ੍ਹ ਲਵੇ, ਵੀ ਇੰਦਰਾ ਗਾਂਧੀ ਨੂੰ ਅਸੀਂ ਕਿਹਾ ਸੀ ਅੰਮ੍ਰਿਤਸਰ ਅਟੈਕ ਕਰ, ਠੀਕ ਹੈ ਨਾ ਜੀ। ਵੀ ਜਿਹੜੇ ਜਿਹਨਾਂ ਦੇ ਨਾਲ ਭਾਈਵਾਲ ਹੈਗੇ ਅਕਾਲੀ ਦਲ ਬਣੇ ਆ, ਤੇ ਉਹਨਾਂ ਨੇ ਤਾਂ ਅਟੈਕ ਕਰਾਇਆ ਹਰਿਮੰਦਰ ਸਾਹਿਬ ਤੇ, ਉਹ ਤੋਂ ਬਾਅਦ ਤੁਹਾਨੂੰ ਪ੍ਰੂਫ ਕੀ ਹੈ ਰਿਟਰਨ ਦੇ ਵਿੱਚ ਹੈਗਾ ਆ ਜੀ। ਜੋ ਭਾਈ ਸਾਹਿਬ ਨਹੀਂ ਪਤਾ ਉਹਨੂੰ ਕੋ ਬੁੱਕ ਪੜ੍ਹ ਲੈਣ, ਚੱਕ ਕੇ ਦੇਖ ਲੈਣ ਉਹ ਕੀ ਲਿਖਿਆ ਅਡਵਾਨੀ ਸਾਹਿਬ ਨੇ। ਬਾਕੀ ਮੈਂ ਬੜਾ ਕੁਛ ਹੋਰ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਮੈਨੂੰ ਪਤਾ ਨਹੀਂ ਪਿੱਛੋਂ ਡਿਬੇਟ ਕੀ ਚੱਲਾ ਆ ਰਿਹਾ ਆ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਹੋਰ ਵੀ ਕਾਲਰਸ ਨੇ, ਉਹਨਾਂ ਦੀ ਵੀ ਗੱਲ ਸਮਝ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਮੈਂ ਬਲਵੀਰ ਸਿੰਘ ਬੋਲ ਰਿਹਾ ਜੀ, ਇੰਗਲੈਂਡ ਤੋਂ ਜੀ। ਬਲਵੀਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਇਹ ਆ ਜੀ, ਇਹ ਬੁਲਾਰਿਆਂ ਨੂੰ ਥੋੜਾ ਜਿਹਾ ਟੌਪਿਕ ਤੇ ਰੱਖਿਆ ਕਰੋ, ਜੇ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਤੇ ਬਹੁਤ ਹੋਰ ਪਾਸੇ ਚਲੇ ਜਾਂਦੇ ਆ। ਨਹੀਂ, ਮੈਂ ਇਹਨਾਂ ਨੂੰ ਘੇਰ ਕੇ ਲਿਆਣਾ ਜੀ, ਵਾਪਸ ਘੇਰ ਕੇ ਲਿਆਣਾ ਵਾਪਸ ਜੀ 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 ਜੀ। ਹਾਂਜੀ, ਅੱਜ ਦਾ ਡਿਬੇਟ ਸੀਗਾ ਵੀ ਕੀ ਕਾਂਗਰਸ ਇਨਵੋਲਵ ਹੈ ਕਿ ਨਹੀਂ ਹੈ ਜੀ 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 ਜੀ। ਇੱਥੇ ਹੁਣ ਤੁਹਾਨੂੰ ਪਿੰਡ ਡਾਊਨ ਕਰਨਾ ਚਾਹੀਦਾ ਹਰੇਕ ਨੂੰ, ਮੈਨੂੰ ਵੀ ਹਰੇਕ ਨੂੰ ਵੀ। ਅੱਛਾ, ਹੁਣ ਜੋ ਕੈਪਟਨ ਸਾਹਿਬ ਕਹਿ ਰਹੇ ਆ ਜੀ ਵੀ ਸਿਰਫ ਚਾਰ ਬੰਦੇ ਇਨਵੋਲਵ ਆ, ਇਹ ਟੋਟਲੀ ਰੋਂਗ ਆ ਜੀ। ਇਹ ਸਾਰੇ ਜਾਣਦੇ ਕਿ ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ, ਐਮ ਪੀ ਬਣਾਇਆ ਗਿਆ। ਫਿਰ ਇਹ ਤੋਂ ਇਲਾਵਾ ਜਿੱਥੇ ਜਿੱਥੇ ਵੀ ਕਾਂਗਰਸ ਸਰਕਾਰ ਸੀਗੀ ਇੰਡੀਆ ਵਿੱਚ, ਉੱਥੇ ਇਹ ਰਾਇਟਸ ਹੋਏ ਆ, ਇਹ ਦੰਗੇ ਹੋਏ ਆ। ਉਹਨਾਂ ਨੇ info@justbroadcasting.com, harkirat@justbroadcasting.com ਦੇ ਉੱਤੇ ਅੱਜ ਦੇ ਮੁੱਦੇ ਦੇ ਉੱਤੇ ਤੁਸੀਂ ਕੁਝ ਵੀ ਲਿਖਣਾ ਚਾਹੁੰਦੇ ਹੋ, ਮੈਨੂੰ ਮੇਲ ਕਰੋ, ਮੈਂ ਰਿਵਰਟ ਜ਼ਰੂਰ ਕਰਾਂਗਾ ਉਸ ਦੇ ਉੱਤੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਨਹੀਂ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।